ਮੈਂ ਬੇਨਤੀ ਕਰਾਂ ਕੀਰਤਨ ਆਪਾਂ ਸਾਰੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਰਵਣ ਕਰਦੇ ਹਾਂ, ਜਾਂ ਜਿੱਥੇ ਵੀ ਗੁਰੂ ਕੇ ਸਿੱਖ ਵੱਸਦੇ ਨੇ ਉਹ ਗੁਰੂ ਬਾਬੇ ਦੀ ਬਾਣੀ ਦੇ ਨਾਲ ਜਿਹੜੇ ਪ੍ਰੇਮ ਕਰਦੇ ਨੇ ਗੁਰੂ ਕਾ ਕੀਰਤਨ ਜ਼ਰੂਰ ਸਰਵਣ ਕਰਦੇ ਨੇ ਪਿਆਰ ਵਾਲਿਓ। ਪਰ ਕੀਰਤਨ ਕੇਵਲ ਇੱਕ ਬਾਹਰੀ ਸੰਗੀਤ ਨਹੀਂ, ਬਾਹਰੋਂ ਕੇਵਲ ਇੱਕ ਸਾਜ ਦੇ ਉੱਤੇ ਬਣਾਈ ਹੋਈ ਤਰਜ ਨੂੰ ਕੀਰਤਨ ਨਹੀਂ ਕਿਹਾ ਜਾਂਦਾ, ਬਲਕਿ ਕੀਰਤਨ ਇੱਕ ਰੱਬ ਦੀ ਬਖਸ਼ੀ ਹੋਈ ਦਾਤ ਹੁੰਦੀ ਹੈ, ਅਨਮੋਲਕ ਦਾਤ ਹੈ। ਕੀਰਤਨ ਜੇ ਕਿਤੇ ਸੱਚਮੁੱਚ ਗੁਰੂ ਨਾਨਕ ਸਾਹਿਬ ਦੀ ਦੱਸੀ ਮਰਿਆਦਾ ਦੇ ਨਾਲ ਕੀਰਤ ਕੀਤਾ ਜਾਵੇ ਤੇ ਸਤਿਗੁਰੂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਪਰਮਾਤਮਾ ਵੱਲੋਂ ਬਖਸ਼ੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਕਦੇ ਗਵਾਚਦਾ ਨਹੀਂ, ਜਿਹੜਾ ਕਦੇ ਘਟਦਾ ਨਹੀਂ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਰਾਗ ਰਤਨ ਪਰੀਆ ਪਰਵਾਰ ਤਿਸ ਵਿੱਚ ਵਰਤੈ ਅੰਮ੍ਰਿਤ ਸਾਰ, ਨਾਨਕ ਕਰਤੇ ਕਾ ਇਹੋ ਧਨ ਮਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਰਿਆਦਾ ਦੱਸੀ ਕੀਰਤਨ ਦੀ, ਕਹਿੰਦੇ ਕੀਰਤਨ ਹੋਵੇ ਸਭ ਤੋਂ ਪਹਿਲਾਂ ਕੀਰਤਨ ਦੇ ਵਿੱਚ ਚਾਰ ਤਰ੍ਹਾਂ ਦੀ ਕਿਰਪਾ ਹੈ, ਚਾਰ ਤਰ੍ਹਾਂ ਦੇ ਪੜਾਅ ਨੇ। ਕਹਿੰਦੇ ਕੀਰਤਨ ਵਿੱਚ ਸਭ ਤੋਂ ਪਹਿਲਾਂ ਰਾਗ ਜ਼ਰੂਰੀ ਹੈ, ਕਿਉਂਕਿ ਆਪਾਂ ਗੁਰੂ ਕੀ ਬਾਣੀ ਦੇ ਜਦੋਂ ਸਹਿਜ ਪਾਠ ਕਰਦੇ ਹਾਂ ਵੇਖਦੇ ਹਾਂ ਸਤਿਗੁਰੂ ਨੇ ਰਾਗਾਂ ਦੀ ਵਰਤੋਂ ਕੀਤੀ, ਅਤੇ ਵੇਖੋ ਰਾਗਾਂ ਨੂੰ ਵੀ ਕੈਸਾ ਮਾਣ ਦਿੱਤਾ। ਰਾਮ ਕਲੀ ਮਹੱਲਾ ਪਹਿਲਾ, ਧਨਾਸਰੀ ਮਹੱਲਾ ਪਹਿਲਾ, ਆਸਾ ਮਹੱਲਾ ਚੌਥਾ, ਸਤਿਗੁਰੂ ਨੇ ਆਪਣੇ ਨਾਮ ਤੋਂ ਪਹਿਲਾਂ ਰਾਗ ਦਾ ਨਾਮ ਵਰਤਿਆ, ਕਿਉਂਕਿ ਵਿਦਵਾਨਾਂ ਦਾ ਮੰਨਣਾ ਹੈ ਕਿ ਜਿਹੜਾ ਰਾਗ ਹੈ, ਜਿਹੜਾ ਸੰਗੀਤ ਹੈ, ਇਹ ਜਾਨਵਰਾਂ ਨੂੰ, ਬਨਸਪਤੀ ਨੂੰ, ਪਸ਼ੂ ਪੰਛੀਆਂ ਨੂੰ, ਇਨਸਾਨ ਨੂੰ ਆਪਣੇ ਵੱਲ ਖਿੱਚਦਾ। ਪਰ ਜੇ ਕਿਤੇ ਰਾਗ ਦੇ ਉੱਤੇ ਪਰਮਾਤਮਾ ਦੀ ਸਿਫਤ ਦੇ ਸ਼ਬਦ ਟਿਕਾਏ ਜਾਣ ਤੇ ਕੀਰਤਨ ਸੁਣਨ ਵਾਲਿਆਂ ਦਾ ਪਾਰ ਉਤਾਰਾ ਵੀ ਹੋ ਜਾਂਦਾ। ਕਹਿੰਦੇ ਸਭ ਤੋਂ ਪਹਿਲਾਂ ਰਾਗ, ਤੇ ਕਹਿੰਦੇ ਰਾਗ ਦੇ ਨਾਲ ਜ਼ਰੂਰੀ ਹੈ ਰਤਨ। ਰਤਨ ਕਿਹੜਾ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਸ਼ਬਦ ਦਾ ਰਤਨ ਬਹੁਤ ਜ਼ਰੂਰੀ ਹੈ ਰਾਗ ਦੇ ਉੱਤੇ। ਕਹਿੰਦੇ ਜਦੋਂ ਰਾਗ ਹੋਵੇ, ਰਤਨ ਹੋਵੇ, ਤੀਸਰਾ ਪਰੀਆਂ, ਭਾਵ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਨੇ ਕੀਰਤਨ ਵਿੱਚ ਅਲਾਪ ਲਾਉਂਦੇ ਨੇ। ਕਹਿੰਦੇ ਨੇ ਜਦੋਂ ਕੀਰਤਨ ਵਿੱਚ ਅਲਾਪ ਲੱਗ ਰਿਹਾ ਹੋਵੇ ਨਾ, ਉਦੋਂ ਨੇਤਰ ਬੰਦ ਕਰਕੇ